ਦੋਸਤੋ ਸਿੱਧੂ ਮੂਸੇਵਾਲਾ ਨਹੀਂ ਰਿਹਾ ਹੁਣ ਉਹ ਪੰਜ ਤਤਾਂ ਵਿੱਚ ਵਿਲੀਨ ਹੋ ਚੁੱਕਾ ਹੈ ਤੇ ਉਸਤੇ ਇਸ ਕਤਲ ਤੋਂ ਕੀ ਅਸੀਂ ਪੰਜਾਬੀਆਂ ਨੇ ਕੋਈ ਸਬਕ ਸਿੱਖਿਆ ਹੈ ਆਓ ਇਸ ਬਾਰੇ ਤੁਹਾਡੇ ਨਾਲ ਗੱਲ ਕਰ ਲਈਏ ਮੈਂ ਜੋ ਦੇਖਿਆ ਹੈ ਸਾਰਾ ਕਟਰਾ ਕਰਮ ਤੇ ਉਸਤੇ ਮਾਪਿਆਂ ਵੱਲੋਂ ਮਿਲਣ ਵਾਲਿਆਂ ਨੂੰ ਜੋ ਗੱਲਾਂ ਕਹੀਆਂ ਗਈਆਂ ਹਨ ਉਹਦਾ ਸਾਰਾ ਤੱਤਸਾਰ ਜੋ ਨਿਕਲਦਾ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਉਹ ਇਹ ਕਿ ਪੰਜਾਬੀਓ ਬਲਕੌਰ ਸਿੰਘ ਦੀ ਪੱਗ ਦੀ ਲਾਜ ਰੱਖਿਓ ਅਸੀਂ ਆਪਣਾ ਹੀਰੇ ਵਰਗਾ ਪੁੱਤ ਗਵਾ ਚੁੱਕੇ ਹਨ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਬਾਪੇ ਉਹਦੇ ਜਿਗਰ ਦਾ ਟੁਕੜਾ ਆਪਣੀ ਜਵਾਨ ਗਵਾਵੇ ਪੰਜਾਬ ਦੇ ਦੁਸ਼ਮਣ ਪੰਜਾਬ ਨੂੰ ਭਰਾ ਮਾਰੂ جنگ ਵਿੱਚ ਧੱਕਣਾ ਚਾਹੁੰਦੇ ਹਨ ਪੰਜਾਬੀਓ ਤੁਹਾਨੂੰ ਸਭ ਨੂੰ ਚਕੰਨੇ ਹੋਣ ਦੀ ਲੋੜ ਹੈ ਪੰਜਾਬ ਪਹਿਲਾਂ ਹੀ ਬਹੁਤ ਨੁਕਸਾਨ ਕਰਵਾ ਚੁੱਕਾ ਹੈ ਦੁਸ਼ਮਣ ਬਹੁਤ ਸ਼ਾਤਰ ਦਿਮਾਗ ਹੈ ਉਸ ਦੀਆਂ ਚਾਲਾਂ ਨੂੰ ਸਮਝਣ ਦੀ ਲੋੜ ਹੈ ਮੇਰੀ ਜੱਛੇ ਸਿੱਧੂ ਮੂਸੇਰੇ ਵਾਲਾ ਦੇ ਕਤਲ ਕਾਂਡ ਦਾ ਇਹ ਸੰਦੇਸ਼ ਸਾਨੂੰ ਸਾਰੇ ਪੰਜਾਬੀਆਂ ਨੂੰ ਭਲੀ ਭਾਂਤੀ ਸਮਝ ਲਈ ਚ ਲਿਆ ਜਾਣਾ ਚਾਹੀਦਾ ਉਸ ਦਾ ਕਾਰਨ ਇਹ ਹੈ ਕਿ ਜਿਉਂ ਜਿਹਾ ਹਾਲਾਤ ਮੀਡੀਆ ਵਿੱਚ ਖਬਰਾਂ ਵਾਲਿਆਂ ਵੱਲੋਂ ਟੀਵੀ ਵਾਲਿਆਂ ਵੱਲੋਂ ਜਾਂ ਮੀਡੀਆ ਦੇ ਕੁਝ ਇਹੋ ਜਿਹੇ ਚੈਨਲ ਹਨ ਜਿਹੜੇ ਬੇਲਗਾਮ ਚੈਨਲ ਹਨ ਉਹਨਾਂ ਵੱਲੋਂ ਇਹ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਗੋਲੀ ਦਾ ਜਵਾਬ ਗੋਲੀ ਨਾਲ ਦੇਣ ਦਾ ਇੱਕ سلسلہ ਚੱਲ ਪਿਆ ਹੋਵੇ ਜਿਵੇਂ ਕਿ ਪਿਛਲੇ ਕੁਝ ਸਮੇਂ ਤੋਂ ਮੈਂ ਦੇਖਦਾ ਆ ਰਿਹਾ ਕਿ ਅਜੇ ਇੱਕ ਕਤਲ ਹੋ ਕੇ ਹਟਦਾ ਹੀ ਹੈ ਤਾਂ ਦੂਸਰੇ ਕਤਲ ਦਾ ਮੁੱਢ ਸਰਾ ਬੰਨਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਮੀਡੀਆ ਵੱਲੋਂ ਚੈਨਲਾਂ ਵੱਲੋਂ ਟੀਵੀ ਵਾਲਿਆਂ ਵੱਲੋਂ ਤੇ ਇਹ ਜਿਹੜਾ ਸਿਲਸਿਲਾ ਹੈ ਇਹੀ ਰੁਕਣਾ ਚਾਹੀਦਾ ਉਹ ਮੈਂ ਸਮਝਦਾ ਕਿ ਮੀਡੀਆ ਨੂੰ ਵੀ ਤੇ ਹੋਰ ਸਾਰੇ ਲੋਕਾਂ ਨੂੰ ਪੰਜਾਬੀ ਦੇ ਜਿਹੜੇ ਪੰਜਾਬ ਦੇ ਹਿਤੈਸ਼ੀ ਆ ਉਹਨਾਂ ਸਾਰਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਜਿਹੜੀ ਭਰਾਮਾਰੂ جنگ ਚੱਲ ਰਹੀ ਹੈ ਇਹਨੂੰ ਰੋਕਣਾ ਹੀ ਪੈਣਾ ਹੈ ਨਹੀਂ ਤਾਂ ਪੰਜਾਬ ਬਰਬਾਦ ਹੋ ਕੇ ਰਹਿ ਜਾਏਗਾ ਪੰਜਾਬ ਦੇ ਪੱਲੇ ਕੱਖ ਨਹੀਂ ਰਹਿਣਾ ਅਸੀਂ ਆਪਣੀ ਜਵਾਨੀ ਜਿਹੜੀ ਆ ਪੰਜਾਬ ਦੀ ਜਵਾਨੀ ਉਹਨੂੰ ਖਤਮ ਕਰਵਾ ਕੇ ਬਹਿ ਜਾਗੇ ਸਿੱਧੂ ਮੂਸੇਵਾਲਾ ਨਹੀਂ ਰਿਹਾ ਪਰ ਸਾਨੂੰ ਉਸਦੇ ਕਤਲ ਤੋਂ ਸਾਨੂੰ ਸਬਕ ਸਿੱਖਣਾ ਚਾਹੀਦਾ ਹੈ ਪੰਜਾਬੀਆਂ ਨੂੰ ਕਿ ਗੋਲੀ ਦਾ ਜਵਾਬ ਗੋਲੀ ਕਦੇ ਵੀ ਨਹੀਂ ਸਹੀ ਗਿਣਿਆ ਜਾ ਸਕਦਾ ਸਾਨੂੰ ਠਰਮੇ ਦੇ ਨਾਲ ਇਸ ਸਥਿਤੀ ਵਿੱਚੋਂ ਨਿਕਲਣ ਦੀ ਲੋੜ ਹੈ ਸਿੱਧੂ ਮੂਸੇਵਾਲਾ ਦੇ ਪਿਓ ਨੇ ਜਿਹੜੀ ਪੱਗ ਪੰਜਾਬੀਆਂ ਨੂੰ ਦਿਖਾਈ ਹੈ ਉਹਦਾ ਮਤਲਬ ਤਾਂ ਇਹੀ ਨਿਕਲਦਾ ਹੈ ਕਿ ਪੰਜਾਬੀਓ ਪੰਜਾਬ ਨੂੰ ਬਚਾ ਲਓ ਇਸ ਭਰਾ ਮਾਰੂ جنگ ਤੋਂ ਜੀ ਇਹ ਮੌਕਾ ਹੱਥੋਂ ਨਿਕਲ ਗਿਆ ਤਾਂ ਸਾਨੂੰ ਬਹੁਤ ਪਛਤਾਉਣਾ ਪਵੇਗਾ ਸੋ ਮੈਂ ਜੋ ਸਮਝਾਂ ਕਿ ਇਸ ਬ੍ਰੀ ਘਟਨਾ ਦਾ ਜਿਹੜਾ ਸਾਨੂੰ ਸੰਦੇਸ਼ ਮਿਲਿਆ ਜਿਹੜਾ ਸਾਨੂੰ ਸਭ ਨੂੰ ਸੋਚਣਾ ਪੈਣਾ ਕਿ ਪੰਜਾਬ ਇਸ ਹਾਲਾਤ ਦੇ ਵਿੱਚੋਂ ਕਿਵੇਂ ਨਿਕਲ ਸਕਦਾ ਉਹ ਇਹੀ ਹੈ ਕਿ ਇਸ ਬੁਰੇ ਘਟਨਾਕਰਮ ਨੂੰ ਰੋਕਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਆਪਣੇ ਦਿਲਾਂ ਅੰਦਰ ਝਾਕ ਕੇ ਇਹ ਵੇਖਣਾ ਚਾਹੀਦਾ ਕਿ ਅਸੀਂ ਆਪਣੀ ਨੌਜਵਾਨੀ ਦਾ ਹੋਰ ਘਾਣ ਨਾ ਕਰਵਾਈਏ ਤੇ ਪੰਜਾਬ ਨੂੰ ਇਸ ਦਲਦਲ ਵਿੱਚੋਂ ਜੇ ਵੀ ਹੋ ਸਕਦਾ ਹੈ ਜ਼ਰੂਰ ਕਟਿਏ ਦੋਸਤੋ ਜੇ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇ ਤੇ ਸਾਡਾ ਇਹ ਚੈਨਲ ਕਮਲ ਧਰਮਸੂਤ ਸ਼ੋਅ ਜ਼ਰੂਰ ਲਾਈਕ ਕਰੋ ਪਸੰਦ ਕਰੋ ਤੇ ਆਪਣੇ ਪੇਜ ਉੱਤੇ ਇਹ ਵੀਡੀਓ ਸ਼ੇਅਰ ਵੀ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ